ਵੈਲਕਮ ਆ ਗਿਆ ਤੁਹਾਡੇ ਇੱਕ ਹੋਰ ਨਵੇਂ ਬਲੌਗ ਦੇ ਵਿੱਚ। ਕਹਿੰਦੇ ਜੀ ਆਰ ਤੇ ਪਹੁੰਚ ਗਏ ਸਾਜਰੀ ਸਾਜਰੇ, ਪਰ ਜੀ ਆਰ ਟਾਪ ਹੈ ਨਹੀਂ ਮੁੰਡਾ ਹੀ ਆ, ਤੇ ਕਹਿੰਦੇ ਮਗਰ ਲਵਾਉਣੀਆਂ ਫੋਟੋ, ਤੇ ਦੇਖੀ ਚਲੋ ਬਲੌਗ ਨੂੰ ਲਾਏ ਦੇਖਿਓ ਫੋਟੋ, ਤੇ ਫੋਟੋ ਕਮੈਂਟ ਕਰਕੇ ਦੱਸਿਓ ਵਧੀਆ ਲੱਗੀ, ਤੇ ਬਸ ਸਾਫ਼ ਕਰ ਲਏ ਪੈਟਰੋਲ ਨਾਲ, ਤੇ ਉਸ ਤੋਂ ਬਾਅਦ ਆਪਾਂ ਮੂਹਰੇ ਵੀ ਲਿਖਾਉਣਾ ਬੰਪਰ 'ਤੇ, ਬੰਪਰ ਆਪਾਂ ਆਹ ਲਾ ਲਿਆ ਸੀਗਾ, ਦੂਜਾ ਲਾਤਾ ਸੀਗਾ, ਇਹਦੇ ਮੇਰੇ ਪਾ ਕਾਲੀ ਟੇਪ ਕਰਾ ਕੇ ਲਿਖਾ ਦਾਂਗੇ, ਇੱਧਰ ਤਾਂ ਲਿਖਿਆ ਹੈ ਬੈਟਰੀ ਬਾਕਸੇ 'ਤੇ। ਬਾਕੀ ਹੋਰ ਦੇਖਦੇ ਮਾੜਾ ਮੋਟਾ ਕੰਮ ਕਰਾ ਲੈਂਦੇ ਹਾਂ, ਬਾਕੀ ਦੂਜੇ ਟਰੈਕਟਰ 'ਤੇ ਕਰਾਵਾਂਗੇ ਸ਼ਾਮ ਨੂੰ, ਉਹ ਗਿਆ ਹੋਇਆ ਆਪ ਦੇਖੋ ਇੱਧਰ ਲੱਗੇ ਲਾਈਆਂ ਪੈਟਰੋਲ ਨੇ, ਭੈਣ ਕੁੱਝ ਲੱਗੇ ਜਿਹੜਾ ਮਾੜੀ ਮੋਟੀ ਬੂੰਦ ਰਹਿੰਦੀ ਹੈ, ਇਹ ਲੱਗੇ ਸਾਫ਼ ਕਰਨੀ, ਅਤੇ ਇਹ ਤੇ ਆਪਣੇ ਫਰੰਟ, ਅਤੇ ਹਲੇ ਇਹਨਾਂ ਦਿਖਾਉਣਾ ਨੂੰ ਲੱਗੇ ਵੀ ਦਿਖਾਵਾਂਗੇ, ਅਤੇ ਇੱਧਰ ਆਪਣੇ ਦੂਜੇ ਟਰੈਕਟਰ ਦੇ ਫਰੰਟ ਆਏ ਪਏ ਆ, ਇਹ ਪਿਓ ਇਹ ਸ਼ਾਮ ਨੂੰ ਦਿਖਾਵਾਂਗੇ ਕਿਹੜੇ ਫਰੰਟ ਆ, ਅਤੇ ਇਹ ਫਰੰਟ ਸਾਨੂੰ ਲੱਗੇ ਵੀ ਦਿਖਾਉਣਾ ਹੈ। ਕਹਿੰਦੇ ਕਰੋ ਫੋਟੋ ਚੈੱਕ, ਫਿਰ ਦੱਸਿਓ ਕਮੈਂਟ ਕਰਕੇ ਫਿਰ ਕਿਵੇਂ ਦੀ ਲਾਤੀ ਆ, ਅਤੇ ਮੂਹਰੇ ਬੰਪਰ 'ਤੇ ਵੀ ਕਹਿੰਦੇ ਲਿਖਿਆ ਗਿਆ ਬਸ ਚਿਪਕਾਉਣ ਲੱਗਿਆ ਹੋਇਆ, ਮੂਹਰੇ ਲਿਖਾਇਆ 3500 ਵਾਲੇ, ਕਰੋ ਚੈੱਕ। ਕਰੋ ਚੈੱਕ ਫਿਰ ਘੈਂਟ ਲੱਗਦਾ, ਅਤੇ ਕਹਿੰਦੇ ਵੀ ਕੰਮ ਕਟਾਉਣਾ ਇੱਥੇ ਪਹੁੰਚਿਓ, ਅਤੇ ਦੁਬਾਰਾ ਤਾਂ ਫਿਰ ਫੋਟੋ ਦਿਖਾ ਦਿੰਦੇ ਹਾਂ, ਕਰੋ ਚੈੱਕ। ਬੱਦਲ ਵੀ ਘੈਂਟ ਆਉਂਦੇ ਆ, ਅਤੇ ਚਲੋ ਚੱਲਦੇ ਹਾਂ ਪਿੰਡ, ਅਤੇ ਫਿਰ ਸ਼ਾਮ ਨੂੰ ਦੂਜਾ ਟਰੈਕਟਰ ਲੈ ਕੇ ਆਉਂਦੇ ਹਾਂ, ਅਤੇ ਉਹਦੇ ਵੀ ਦਿਖਾਉਂਦੇ ਕੀ ਲਵਾਉਣਾ, ਚਲੋ ਚੱਲਦੇ ਹਾਂ। ਕਹਿੰਦੇ ਪਹੁੰਚ ਗਏ ਦੂਜਾ ਟਰੈਕਟਰ ਲੈ ਕੇ ਵੀ, ਕਹਿੰਦੇ ਇਹਦੇ ਮੰਨ ਦਿੱਤੇ ਸੀਗੇ ਸਾਈਡਾਂ 'ਤੇ ਪੱਲੇ ਜੇ, ਅਤੇ ਉਹ ਅਤੇ ਮਗਰ ਫੋਟੋ ਲਾਉਣੀ ਸੀਗੀ ਉਹ ਵੀ ਮਣੀ ਹੋਈ ਆ, ਅਤੇ ਬਸ ਹੁਣ ਲਾਉਣ ਵਾਲਾ ਰਹਿੰਦਾ, ਅਤੇ ਇੱਥੇ ਜੇ ਆਰ ਦੇ ਪਹੁੰਚ ਗਏ ਦੇਖੋ, ਇੱਕ ਤਾਂ ਆਪਾਂ ਲਵਾਇਆ ਪੰਜਾਬ, ਦੂਜਾ ਹਲੇ ਇਹਦੇ ਨਿਓਨ ਲਾਈਟ ਲੱਗਦੀ ਆ, ਉੱਧਰੋਂ ਲਾਈਟ ਲੱਭਣ ਲੱਗਿਆ ਹੋਇਆ ਵਾ, ਕਿਹੜੀ ਮਗਰ ਆਪਾਂ ਫੋਟੋ ਲਾਉਣੀ ਉਹਦੇ ਅੰਦਰ ਲਾਈਟ ਲਾਉਣੀ ਆ, ਫਿਰ ਰਾਤ ਨੂੰ ਜਗਿਆ ਕਰੂਗੀ, ਅਤੇ ਤੁਹਾਨੂੰ ਇਹ ਵੀ ਚਲਾ ਕੇ ਦਿਖਾਵਾਂਗੇ, ਪਿਛਲੇ ਬਲੌਗ 'ਚ ਦਿਖਾਇਆ ਨਹੀਂ, ਦੇਖੋ ਫਿਰ ਚੈੱਕ ਦੇਖੋ ਕੀ ਕਰੀ ਜਾਂਦੇ ਆ, ਲੱਭ ਲਓ ਸਮਾਨ ਜੀ ਆੜ, ਕਹਿੰਦੇ ਬੋਰਡ ਬੋਰਡ ਬਣਾਈ ਜਾਂਦਾ ਦੇਖੋ, ਇਹ ਲੱਗਣਾ ਵਾ ਆਹ ਦੇਖੋ, ਤੁਹਾਨੂੰ ਦੱਸਦਾ ਕਿਵੇਂ ਲੱਗਣਾ, ਇਹ ਲੱਗਣਾ ਇੱਥੇ, ਇਹ ਆਈ ਲੱਗਣਾ, ਕਮੈਂਟ ਕਰਕੇ ਦੱਸੋ ਕਿਵੇਂ ਲੱਗਦਾ, ਇਹ ਤਾਂ ਅਸੀਂ ਲਵਾ ਦਿੰਦੇ ਹਾਂ, ਇਹ ਖੜ ਜਾਂਦੇ ਨੇ ਦੇਖੋ ਘੈਂਟ ਲੱਗਦਾ, ਕਹਿੰਦੇ ਲੱਗ ਗਈ ਪੰਜਾਬ ਨੂੰ ਨਿਆਉਣ, ਮੂਸੇਵਾਲਾ ਕਿੱਥੇ ਮੂਸੇਵਾਲਾ, ਇਹਨੂੰ ਵੀ ਕਹਿੰਦੇ ਨਿਆਉਣ ਲੱਗ ਗਈ ਚੈੱਕ ਕਰੂੰ ਮੂਸੇਵਾਲਾ, ਇੱਧਰ ਕਹਿੰਦੇ ਇਹਨੂੰ ਡਬਲ ਟੇਪ ਨਹੀਂ ਲੱਭ ਰਹੀ ਜੀ ਆਰ ਨੂੰ, ਅਤੇ ਬਸ 5-10 ਮਿੰਟ ਲੱਗਣੇ ਆ ਫਿਰ ਲੱਗ ਗਏ ਟਰੈਕਟਰ 'ਤੇ, ਫੋਟੋ ਵਾਲਾ ਸ਼ੀਸ਼ਾ ਤਾਂ ਕੱਟ ਦੇ ਉਹ ਵੀ ਕਟਾ ਲਈਏ,
ਕਹਿੰਦੇ ਕੰਮ ਚੱਲਦਾ ਜ਼ੋਰਾਂ ਸ਼ੋਰਾਂ 'ਤੇ, ਕਹਿੰਦੇ ਨਿਓਨ ਲਾਈਟ ਲਾਉਣ ਲੱਗੇ ਅੰਦਰਲੇ ਪਾਸੇ, ਕਹਿੰਦਾ ਬੂਫਰਾਂ 'ਤੇ ਥੋੜ੍ਹਾ ਚਾਨਣ ਕਰਨਾ। ਇੱਧਰ ਫਰੇਮ ਤਿਆਰ ਪਏ ਆਪਣੇ, ਕਿਹੜੇ ਸਾਈਡਾਂ 'ਤੇ ਲਾਉਣੇ ਦੇਖੋ, ਡਬਲ ਟੇਪ ਵੀ ਲਾਤੀ। ਉਹ ਦੂਜਾ ਫਰੇਮ ਕਿੱਥੇ ਪਿਆ ਵਾ? ਦੂਜਾ ਫਰੇਮ ਉਹ ਪਿਆ ਬਾਹਰ। ਅਤੇ ਇੱਧਰ ਆਪਣੇ ਕਿਹੜੇ ਬੈਗ 'ਤੇ ਫੋਟੋ ਲਾਉਣੀ, ਉਹ ਆਪਾਂ ਲਾਈ ਆ ਦਾਦਾ ਜੀ ਦੀ। ਅਤੇ ਬਸ ਇਹ 'ਚ ਹੁਣ ਆਹ ਸਾਈਡਾਂ 'ਤੇ ਗਲੀਆਂ ਕਢਾ ਕੇ ਪੇਚ ਲਵਾਉਣੇ ਆ, ਉਹ ਲੱਗਿਆ ਹੋਇਆ ਸੈਟਿੰਗ ਕਰਨ। ਅਤੇ ਚਲੋ ਤੁਹਾਨੂੰ ਸਾਰਾ ਕੁਝ ਲਾ ਕੇ ਦਿਖਾਉਂਦੇ ਹਾਂ ਨਾਲ ਦੀ ਨਾਲ। ਕਹਿੰਦੇ ਆ ਗਏ ਸੀਗੇ ਘਰੇ, ਅਤੇ ਕਹਿੰਦੇ ਸਾਰਾ ਕੁਝ ਲਵਾ ਲਿਆ ਹੁੰਦਾ, ਉਹ ਮਸ਼ੀਨ ਆ ਗਈ ਸੀ ਤਾਂ ਕਰਕੇ ਆ ਗਏ, ਤਾਂ ਕਰਕੇ ਬਲੋਗ ਬਣਾਇਆ, ਕਾਲੀ ਕਾਲੀ 'ਚ ਕੰਮ ਕਰਾ ਲਿਆ ਹੁੰਦਾ। ਇੱਧਰ ਆ ਦੇਖ ਲਓ, ਇਹ ਚਾਨਣ ਚੈੱਕ ਕਰਾਉਂਦੇ ਨਾਲ ਤੁਹਾਨੂੰ। ਦੇਖੋ ਚਾਨਣ ਉਸੇ ਆ ਚੈੱਕ ਕਰੋ ਮਗਰ ਫੋਟੋ। ਚੈੱਕ ਕਰੋ ਬਾਕੀ, ਕਮੈਂਟ ਕਰਕੇ ਦੱਸ ਦਿਓ ਕਿਵੇਂ ਦਾ ਲੱਗਦਾ। ਅਤੇ ਬਾਅਦ ਫਿਰ ਡਾਊਨਸਲਿੰਗ ਵੀ ਕਰਾ ਲਵਾਂਗੇ, ਅਤੇ ਆ ਬੰਪਰ 'ਤੇ ਕਿਵੇਂ ਆਪਣੇ ਦੂਜੇ ਟਰੈਕਟਰ 'ਚ ਲੱਗੇ ਇਹਦੇ ਵੀ ਕਰ ਦਾਂਗੇ। ਅਤੇ ਇੱਕ ਟਾਹਲੀ ਭਰ ਗਈ ਆਪਣੀ, ਅਤੇ ਦੂਜੀ ਲੈ ਜਾਂਦੀ ਸੀਗੀ, ਇਹਦੀ ਤਾਂ ਨਿਕਲ ਗਈ ਟੀਸੀ। ਦਿਖਾਉਣਾ ਉੱਧਰ ਜੀ ਆ ਕੇ, ਇਹ ਹੈਗਾ ਆਪਣੇ ਜੌਂਡੀਅਰ। ਉਹ ਜੌਂਡੀਅਰ ਦੀ ਤੂੰ ਚਾਬੀ ਆਉਣ ਛੱਡੀ ਪਈ ਆ, ਬੈਟਰੀ ਡਾਊਨ ਕਰੇਗਾ। ਆਹ ਦੇਖੋ ਭਰ ਗਈ ਫੁੱਲ, ਅਤੇ ਹੁਣ ਆਪਾਂ ਦੂਜੀ 'ਚ ਪਵਾ ਲੈਣੇ ਆ। 3 ਕੁ ਕਿੱਲੇ ਤੁਹਾਨੂੰ ਰਹਿ ਗਿਆ, ਮੱਛਰ ਆਊਗਾ, ਬੰਦ ਕਰ ਦਿਓ ਹੁਣ ਜਦ, ਪਰ ਰਹਿਣ ਦੇ। ਮੂਸੇ ਵਾਲਾ ਘੈਂਟ ਲਾ ਦਿਓ, ਹੈਂ ਰੇਕ ਪਾਉਣੀ ਆ ਸਾਰੀ ਨਹੀਂ ਪਾ। ਕਮੈਂਟ ਕਰਕੇ ਦੱਸਿਓ ਕਿਵੇਂ ਦਾ ਲੱਗਦਾ। ਉਹ ਅੰਦਰਲੇ ਪਾਸੇ ਵੀ ਨਹੀਂ ਆਉਣ ਲਵਾਤੀ ਸੀਗੀ, ਚੱਲੀ ਜਾਂਦੇ ਮਸ਼ੀਨ, ਉਹ ਪਹੁੰਚ ਗਈ ਸਿਰੇ ਪਹੁੰਚਣ ਵਾਲੀ ਆ। ਕਹਿੰਦੇ ਉੱਧਰੋਂ ਬੱਦਲ ਖਰਾਬ ਹੋ ਗਿਆ, ਚੈੱਕ ਕਰੋ ਦੇਖੋ ਹੋ ਗਿਆ, ਬਿਜਲੀ ਲਸਕਦੀ ਇੱਧਰ ਰੁਕ ਜਾਓ, ਦੇਖਿਓ ਉਹ ਦੇਖੋ ਲਸਕਦੀ ਆ। ਇਹ ਕਹਿੰਦੇ ਰੱਬ ਖਰਾਬ ਕਰੀ ਜਾਂਦਾ, ਮੰਨਿਆ ਗਿਆ ਪੱਲੜ। ਛਤਰੀ ਚੈੱਕ ਕਰੋ ਕਿੰਨੀ ਲਿਬੜੀ ਹੋਈ ਆ, ਪਤਾ ਇੱਕ ਸਾਫ ਆ ਦੇਖੋ ਛਤਰੀ ਤਾਂ। ਛਤਰੀ ਹੁਣ ਕਿੱਦਾਂ ਧੋਵਾਂਗੇ, ਉੱਦਣ ਹੀ ਸਾਫ ਕਰਾਂਗੇ, ਹਜੇ ਤੱਕ ਕੰਮ ਦਾ ਟਾਈਮ। ਪਰ ਸ਼ੋ ਚੈੱਕ ਕਰੋ, ਸ਼ੋ ਚਮਕਦੀ ਆ, ਬਸ ਆ ਗੱਦ ਪਈ ਹੋਈ ਆ। ਅਤੇ ਦੇਖੋ ਮਸ਼ੀਨ ਦਾ ਟੈਂਕ ਭਰਦਾ, ਫਿਰ ਚੱਲਦੇ ਹਾਂ। ਕਹਿੰਦੇ ਮੁੰਡਿਆਂ ਨੂੰ ਮਸਾ ਕਿਹਾ ਸੀ, ਕੋਕ ਕੂਕ ਲੈ ਆਓ, ਸਪਰਾਈਟ ਲੈ ਆਏ, ਇਹਨੇ ਵਿਚਾਰੇ ਨੇ ਦਾਲ ਪੂਜਿਆ ਵਗੈਰਾ ਦੇਖ ਲਓ, ਕਿੰਨੇ ਕੁ ਕੀਰੂ ਪਕੌੜੇ ਲਿਆਤੇ, ਲੈ ਇੱਧਰ ਵੀ ਪਾ ਦੇ, ਹੋਰ ਪਿਆਸ ਬਹੁਤ ਲੱਗੀ ਆ, ਜਾੜਾ ਜੀ ਫਸ ਜਾਣਾ ਇਹਦੇ, ਇਹਨੂੰ ਬਾਹਲੀ ਭੁੱਖ ਲੱਗੀ ਆ। ਪੈਣਾ ਸ਼ੁਰੂ ਹੋ ਗਿਆ ਇੱਧਰ, ਕਹਿੰਦੇ ਮੰਦਾ ਰਾਹ ਦੱਸਦਾ ਵਾ, ਕਿੱਧਰ ਹੋਰ ਵੱਢਣੀ ਆ, ਕਹਿੰਦੇ ਵੱਢ ਦੇਣੀ ਆ, ਇੱਧਰ ਆ ਗਈ ਮਸ਼ੀਨ, ਨਿਬੜ ਗਿਆ ਕੰਮ।
ਇਹਨੇ ਦੇਖੋ ਰਾਤ ਕੀ ਕੀਤਾ, ਟਰਾਲੀ ਫਸ ਗਈ, ਟਰਾਲੀ ਕੰਮ ਟਰੈਕਟਰ ਹੀ ਫਸਿਆ, ਚੜ੍ਹਦਾ ਨਹੀਂ, ਟਰਾਲੀ ਉੱਚੀ ਜਗ੍ਹਾ ਖੜ੍ਹੀ ਆ, ਟਰੈਕਟਰ ਨੀਵੇਂ ਥੋਵੇਂ ਹੀ ਖੜ੍ਹਾ ਵਾ, ਅਤੇ ਹੁਣ ਟੋਚਰ ਪਾਉਂਦੇ ਆਹ ਮੁੰਡੇ ਦਾ ਕੰਮ ਆ ਖੜ੍ਹਾ ਵਾ, ਕਾਹਲੀ ਕਾਹਲੀ 'ਚ ਵੜਵਾਇਆ ਇੱਧਰ ਟਰੈਕਟਰ, ਅਤੇ ਦੇਖੋ ਆ ਟਰਾਲੀ ਉੱਧਰ ਲੱਗਣ ਵਾਲੇ ਬਚ ਗਏ, ਨਹੀਂ ਆ ਗਿਆ ਪੂਰਾ ਤੇਜ਼, ਅਤੇ ਹੁਣ ਇਹਦੇ ਨਾਲ ਪਾਉਂਦੇ ਹਾਂ ਟੋਚਰ, ਕੱਢਤਾ ਟਰੈਕਟਰ ਉਹਨੇ ਇਕੱਲੇ ਨਹੀਂ ਕੱਢਤਾ, ਅਤੇ ਹੁਣ ਮਾੜੇ ਕਰਦੇ ਕਣਕ ਨੂੰ ਲੋਟ, ਰਾਤ ਦੇਖਿਆ ਨਹੀਂ ਹੈਗਾ ਮੁੰਡਿਆਂ ਨੇ, ਚਾਹੇ ਬੰਦ ਹੀ ਕਰ ਦਿੰਦੇ ਹਾਂ, ਪਰ ਕਣਕ ਤਾਂ ਰਾਹ 'ਚ ਡੁੱਲੀ ਡਾਲੀ ਹੈ ਨਹੀਂ, ਦੇਖੋ ਮੁੰਡਿਆਂ ਦੇ ਕੰਮ ਇਹ ਕਹਿਣਗੇ ਅਸੀਂ ਤਾਂ ਹੈ ਹੀ ਨਹੀਂ ਸੀ ਕੋਲ, ਔਰ ਇਹ ਪਤਾ ਨਹੀਂ ਕਿੱਥੇ ਗਿਆ ਹੋਇਆ ਸੀ, ਕਹਿੰਦੇ ਕੰਮ ਮੁੱਕ ਗਿਆ ਸਾਰਾ, ਅਤੇ ਕਹਿੰਦੇ ਲਾ ਤੇ ਦੋਨੋਂ ਟਰੈਕਟਰ ਇੱਥੇ, ਕਣਕ ਦਾ ਸਾਰਾ ਨਿਬੜ ਗਿਆ ਆਪਣਾ, ਹੁਣ ਰਹਿ ਗਿਆ ਤੂੜੀ ਦਾ, ਅਤੇ ਚਲੋ ਇੱਥੇ ਹੀ ਕਰਦੇ ਹਾਂ ਬਲੌਗ ਦਾ ਐਂਡ, ਅਤੇ ਮਿਲਦੇ ਹਾਂ ਇੱਕ ਹੋਰ ਨਵੇਂ ਬਲੌਗ ਦੇ ਵਿੱਚ, ਚੰਗਾ ਜੀ।